ਤੇ ਅੱਜ ਆਪਣੇ ਨਾਲ ਇੱਕ ਇਹੋ ਜਿਹੀ ਕੁੜੀ ਮੌਜੂਦ ਹੈ ਸਾਹਿਬ ਕੌਰ ਜੋ ਕਿ ਇੱਕ ਰੈਸਲਰ ਨੇ ਟਾਈਕਵਾਂਡੋ ਦੇ ਪਲੇਅਰ ਨੇ ਐਕਟਰ ਨੇ ਤੇ ਸਿੰਗਰ ਵੀ ਨੇ ਅੱਜ ਆਪਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਅੱਜ ਕੱਲ੍ਹ ਮੈਂ ਗੇਮ ਕਰ ਰਹੀ ਹਾਂ ਰੈਸਲਿੰਗ CWE ਦੇ ਵਿੱਚ ਮੇਰੇ ਗੁਰੂ ਜੀ ਦਾ ਗ੍ਰੇਟ ਖਲੀ ਜੀ ਮੈਂ ਇਹ ਚੀਜ਼ ਨਹੀਂ ਸੋਚਦੀ ਕਿ ਹਾਂ ਮੈਂ ਇੱਕ ਕੁੜੀ ਹਾਂ ਅਤੇ ਮੈਂ ਇਹ ਕਰ ਨਹੀਂ ਸਕਦੀ ਮੈਨੂੰ ਇੱਦਾਂ ਲੱਗਦਾ ਕਿ ਕੁੜੀ ਇੱਕ ਮਰਦ ਤੋਂ ਜ਼ਿਆਦਾ ਤਾਕਤਵਰ ਕਿਉਂਕਿ ਜਿਹਨੇ ਇੱਕ ਮਰਦ ਨੂੰ ਪੈਦਾ ਕੀਤਾ ਅਤੇ ਅਬਦੁਲੀ ਉਹ ਜ਼ਿਆਦਾ ਹੀ ਤਾਕਤਵਰ ਹੈ ਬਚਪਨ ਸਾਡਾ ਜਿਹੜਾ ਸਟਾਰਟਿੰਗ ਤੋਂ ਕਹਿ ਲਈਏ ਜਦੋਂ ਤੱਕ ਮੈਂ 8-7 ਸਾਲ ਦੀ ਸੀਗੀ ਉਦੋਂ ਤੱਕ ਬਹੁਤ ਵਧੀਆ ਸੀਗੀ ਜਦੋਂ ਮੇਰੇ ਫਾਦਰ ਸਾਹਿਬ ਮੈਂਟਲੀ ਅਪਸੈਟ ਹੋ ਜਾਂਦੇ ਫਿਰ ਸਾਰਾ ਕੁਝ ਡਿਸਟਰਬ ਹੋ ਜਾਂਦਾ ਮਦਰ 'ਤੇ ਜ਼ਿੰਮੇਵਾਰੀ ਆਉਂਦੀ ਹੈ ਤਾਂ ਮਦਰ ਪਾਥੀਆਂ ਪੱਥ ਕੇ ਵੇਚਦੇ ਆ ਕਿਸੇ ਦੇ ਘਰ ਕੰਮ ਕਰਨ ਵੀ ਲੱਗ ਜਾਂਦੇ ਅਤੇ ਜਦੋਂ ਲੱਗਦੇ ਆ ਤਾਂ ਮੈਂ ਸਕੂਲ ਤੋਂ ਆਉਂਦੇ ਸ਼ਾਮ ਨੂੰ ਹੁੰਦੇ ਮੰਮਾ ਜਾਂਦੇ ਅਤੇ ਮੰਮਾ ਦੇ ਨਾਲ ਮੈਂ ਵੀ ਗਏ ਮੈਂ ਮੰਮਾ ਮੈਂ ਵੀ ਨਾਲ ਚੱਲਦੇ ਅਤੇ ਕਿਸੇ ਦੇ ਘਰ ਕੱਪੜੇ ਮੰਮਾ ਧੋ ਰਹੇ ਸੀਗੇ ਅਤੇ ਉਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਲਈ ਆ ਰਹੇ ਸੀ ਕੱਪੜੇ ਮੈਂ ਮੰਮਾ ਨੂੰ ਕਿਹਾ ਕਿ ਮੰਮਾ ਇਹ ਤਾਂ ਕੱਪੜੇ ਲਈ ਆ ਰਹੇ ਮੰਮਾ ਕਹਿੰਦੇ ਕੋਈ ਨਾ ਪੁੱਤ ਮੈਂ ਕਿਹਾ ਮੰਮਾ ਚੱਲੋ ਤੁਸੀਂ ਘਰੇ ਕਹਿੰਦੇ ਆਪਾਂ ਰੋਟੀ ਕਿੱਥੋਂ ਖਾਣੀ ਹੈਗੀ ਮੈਂ ਕਿਹਾ ਤੁਹਾਨੂੰ ਰੋਟੀ ਮਿਲੇਗੀ ਤੁਸੀਂ ਚੱਲੋ ਘਰੇ ਜਿੱਦ ਕਰਕੇ ਲੈ ਆਈ ਥੋੜ੍ਹੀ ਜਿੱਦੀ ਸੀਗੀ ਮੈਂ ਫਿਰ ਬ੍ਰਦਰ ਮੇਰੇ ਸਕੂਲ ਤੋਂ ਬਾਅਦ ਡਿੱਗ 'ਤੇ ਜਾਣ ਲੱਗੇ ਅਤੇ ਮੈਂ ਨਾਲ ਦਿਹਾੜੀਆਂ ਕਰਦੀ ਸੀ ਗੋਡੀ ਗੋਡੀ ਵਾਲੀ ਇੱਕ ਹੁੰਦੀ ਨਾ ਜ਼ਿੰਮੇਵਾਰੀ ਹੁੰਦੀ ਲੋਕ ਕਹਿੰਦੇ ਅੱਛਾ ਛੋਟੀ ਉਮਰ ਜਦੋਂ ਪਤਾ ਨਾ ਸਾਨੂੰ ਕਿਤੋਂ ਰੋਟੀ ਨਹੀਂ ਮਿਲਣੀ ਹੈਗੀ ਅਤੇ ਉਦੋਂ ਕੰਮ ਚਾਹੇ ਜਿੱਦਾਂ ਦਾ ਵੀ ਹੋਵੇ ਅਤੇ ਮੈਨੂੰ ਲੱਗਦਾ ਮੈਨੂੰ ਅੱਜ ਫਰਕ ਨਹੀਂ ਮਹਿਸੂਸ ਮੇਰੇ ਕੋਈ ਫਰੈਂਡ ਸਰਕਲ ਕਹਿੰਦੇ ਅੱਛਾ ਦੀਦੀ ਤੁਸੀਂ ਦਿਹਾੜੀਆਂ ਕਰਦੇ ਸੀ ਮੈਂ ਕਿ ਕਿਉਂ ਨਹੀਂ ਕਰਦੀ ਸੀ ਆਲੂ ਪੱਟੇ ਅਰਬੀ ਪੱਟੀ ਝੋਨਾ ਲਾਇਆ ਈਵਨਿੰਗ ਕਿ ਉਹ ਕੰਮ ਕੀਤੇ ਜਿਹੜੇ ਕੋਈ ਸੋਚ ਵੀ ਨਹੀਂ ਸਕਦੇ ਕਿ ਸਿਟੀ ਦੇ ਵਿੱਚ ਰਹਿੰਦਿਆਂ ਹੋਇਆ ਅਤੇ ਮੈਨੂੰ ਉਹਦੇ 'ਚ ਕੋਈ ਸ਼ਰਮ ਨਹੀਂ ਹੈਗੀ ਅਸੀਂ 5 ਸਿਸਟਰ ਸੀ ਇੱਕ ਬ੍ਰਦਰ ਅਤੇ 2 ਸਿਸਟਰ ਦੀ ਮੇਰੀ ਡੈਥ ਹੋਈ ਹੈ ਉਹਨਾਂ ਦਾ ਇਲਾਜ ਨਹੀਂ ਹੋ ਪਾਇਆ ਸਾਡੇ ਘਰ ਨਾ ਤਾਂ ਨਲਕਾ ਸੀ ਨਾ ਇੱਕ ਹੁੰਦੇ ਨਾ ਬਾਥਰੂਮ ਫਲੱਸ਼ ਹੁੰਦੇ ਉਹ ਵੀ ਹੈ ਨਹੀਂ ਸੀਗੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਨੀ ਜੇ ਤਾਂ ਕਿਸੇ ਨੂੰ ਧੀ ਦੇਵੇ ਨਾ ਉਹਨਾਂ ਦੇ ਪਹਿਲਾਂ ਨਾਲ ਕਰਮ ਦਿਓ ਉਹਨਾਂ ਨੂੰ ਕਰਮ ਦਿਓ ਕਿ ਇਹਨਾਂ ਦਾ ਅੱਛਾ ਹੋਵੇ ਜਾਂ ਸੋਚ ਕੇ ਜਾਂ ਮਿਹਨਤ ਨਹੀਂ ਤਾਂ ਪਰਮਾਤਮਾ ਧੀ ਨਾ ਦੇਵੇ ਕਿਸੇ ਨੂੰ ਜਾਂ ਤਾਂ ਉਹਨਾਂ ਦੇ ਕਰਮ ਚੰਗੇ ਹੋਣ ਕਿਉਂਕਿ ਲੋਕ ਜਦੋਂ ਮਾੜਾ ਸਮਾਂ ਹੁੰਦੇ ਨਾ ਕੁੜੀਆਂ ਨੂੰ ਆਪਣੇ ਘਰੇ ਵੀ ਨਹੀਂ ਕਹਿੰਦੇ ਕਿ ਪਾਣੀ ਤੱਕ ਭਰ ਨਹੀਂ ਦਿੰਦੇ ਸਾਡੇ ਨਜ਼ਦੀਕ ਮੰਡੀ ਹੈ ਅਸੀਂ ਉੱਥੇ ਟੂਟੀ ਤੋਂ ਪਾਣੀ ਲੈ ਕੇ ਆਉਂਦੇ ਸੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬੋਲੀ ਹੋਲੀ ਬਾਬਾ ਮੈਂ ਤੁਹਾਡਾ ਸਾਥੀ ਰਜਤ ਦੋਸਤੋ ਆਪਾਂ ਅਕਸਰ ਦੇਖਦੇ ਹਾਂ ਸੁਣਦੇ ਇਹੋ ਜਿਹੀ ਕਹਾਣੀਆਂ ਕਿ ਜੋ ਔਰਤਾਂ ਨੇ ਉਹ ਮਰਦਾਂ ਤੋਂ ਕਿਸੇ ਵੀ ਫੀਲਡ ਦੇ ਵਿੱਚ ਘੱਟ ਨਹੀਂ ਹਨ ਅਤੇ ਅੱਜ ਆਪਣੇ ਨਾਲ ਇੱਕ ਇਹੋ ਜਿਹੀ ਕੁੜੀ ਮੌਜੂਦ ਹੈ ਸਾਹਿਬ ਕੌਰ ਜੋ ਕਿ ਇੱਕ ਰੈਸਲਰ ਨੇ ਟਾਈਕਵਾਂਡੋ ਦੇ ਪਲੇਅਰ ਨੇ ਐਕਟਰ ਨੇ ਅਤੇ ਸਿੰਗਰ ਵੀ ਨੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਰੀ ਕਹਾਣੀ ਉਹਨਾਂ ਨਾਲ ਜਾਣਾਂਗੇ ਕਿ ਉਹਨਾਂ ਨੇ ਕੀ ਸਟਰਗਲ ਆਪਣੀ ਲਾਈਫ ਦੇ ਵਿੱਚ ਦੇਖਿਆ ਅਤੇ ਸਾਹਿਬ ਕੌਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੋਲੀ ਹੋਲੀ ਬਾਬਾ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਜੀ ਠੀਕ ਹੋ ਜੀ ਹਾਂਜੀ ਹਾਂਜੀ ਜੀ ਬਹੁਤ ਵਧੀਆ ਕੀ ਕਰ ਰਹੇ ਹੋ ਸਾਹਿਬ ਕੌਰ ਤੁਸੀਂ ਅੱਜ ਕੱਲ੍ਹ ਫਿਰ ਕੀ ਕਰ ਰਹੇ ਹੋ ਹਾਂਜੀ ਅੱਜ ਕੱਲ੍ਹ ਮੈਂ ਗੇਮ ਕਰ ਰਹੀ ਹਾਂ ਰੈਸਲਿੰਗ CWE ਦੇ ਵਿੱਚ ਮੇਰੇ ਗੁਰੂ ਜੀ ਦਾ ਗ੍ਰੇਟ ਖਲੀ ਜੀ ਔਰ ਸੈਕਿੰਡਲੀ ਮੇਰੇ ਸੌਂਗ ਆ ਰਿਹਾ ਪੰਜਾਬੀ ਸੌਂਗ ਆ ਰਿਹਾ ਜੀ ਅਤੇ ਰੈਸਲਿੰਗ ਤੁਸੀਂ ਕਦੋਂ ਤੋਂ ਸ਼ੁਰੂ ਕੀਤੀ ਕਦੋਂ ਤੋਂ ਕਰ ਰਹੇ ਹੋ ਰੈਸਲਿੰਗ ਮੈਨੂੰ 2 ਸਾਲ ਹੋ ਚੱਲਿਆ ਜੀ ਜੀ ਅਤੇ ਸੁਣਨ 'ਚ ਆਇਆ ਵੀ ਰੈਸਲਿੰਗ ਤੁਸੀਂ ਮੁੰਡਿਆਂ ਨਾਲ ਕਰਦੇ ਹੋਗੇ ਹਾਂਜੀ ਮੇਰੀ ਫਿਲਹਾਲ ਮੁੰਡੇ ਨਾਲ ਤਿਆਰੀ ਚੱਲ ਰਹੀ ਜੀ ਕਿਉਂ ਤੁਹਾਡੇ ਕੰਪੀਟੀਸ਼ਨ 'ਚ ਕੁੜੀ ਹੈ ਨਹੀਂ ਕੋਈ ਨਹੀਂ ਇੱਦਾਂ ਦੀ ਗੱਲ ਨਹੀਂ ਬਟ ਮੈਨੂੰ ਜਿਹੜਾ ਵਧੀਆ ਲੱਗਦਾ ਕਿਉਂਕਿ ਮੈਂ ਕਬੱਡੀ ਜੇ ਮੈਂ ਕਹਿ ਦੇਵਾਂ ਪਹਿਲਾਂ ਕਬੱਡੀ ਕੀਤੀ ਉਹ ਵੀ ਮੁੰਡਿਆਂ ਦੇ ਨਾਲ ਸੈਕਿੰਡਲੀ ਜੇ ਮੈਂ ਤਾਈਕਵਾਂਡੋ ਕੀਤੀ ਉਹ ਵੀ ਮੁੰਡਿਆਂ ਦੇ ਨਾਲ ਉੱਥੇ ਵੀ ਕੁੜੀਆਂ ਸੀ ਅਤੇ ਜੋ ਮੈਂ ਰੈਸਲਿੰਗ ਕਰ ਰਹੀ ਉਹ ਵੀ ਮੁੰਡਿਆਂ ਦੇ ਨਾਲ ਜੀ ਮਤਲਬ ਦੇਖਣ 'ਚ ਕੀਤਾ ਜਾਂਦਾ ਕਿ ਮੁੰਡੇ ਅਤੇ ਕੁੜੀਆਂ ਨੂੰ ਡਿਫਰੈਂਸ਼ੀਏਟ ਤਾਂ ਓਪੋਜ਼ਿਟ ਸੈਕਸ ਤਾਂ ਹੈਗਾ ਹੀ ਹੈ ਨਾ ਕਿ ਕੁੜੀਆਂ ਦੀ ਥਾਂ 'ਤੇ ਹੋਣ ਮੁੰਡਿਆਂ ਮੁੰਡੇ ਥਾਂ 'ਤੇ ਬਟ ਤੁਸੀਂ ਆਪਦੇ ਆਪ ਨੂੰ ਅੱਧਾ ਮੁੰਡੇ 'ਚ ਢਾਲ ਰੱਖਿਆ ਅਤੇ ਅੱਧੇ ਤੁਸੀਂ ਕੁੜੀਆਂ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਫਿਲਹਾਲ ਹੈ ਤਾਂ ਮੈਂ ਕੁੜੀ ਹਾਂ ਪਰ ਜੋ ਮੈਂ ਜੇ ਕਹਾਂ ਮੈਂ ਕੰਮ ਤੁਹਾਡੇ ਮਰਦਾਂ ਵਾਲੀ ਹੈ ਸਾਰੇ ਹਾਂਜੀ ਬਿਲਕੁਲ ਜੀ ਮੈਂ ਇਹ ਚੀਜ਼ ਨਹੀਂ ਸੋਚਦੀ ਕਿ ਹਾਂ ਮੈਂ ਇੱਕ ਕੁੜੀ ਹਾਂ ਅਤੇ ਮੈਂ ਇਹ ਕਰ ਨਹੀਂ ਸਕਦੀ ਮੈਨੂੰ ਇੱਦਾਂ ਲੱਗਦਾ ਕਿ ਕੁੜੀ ਇੱਕ ਮਰਦ ਤੋਂ ਜ਼ਿਆਦਾ ਤਾਕਤਵਰ ਕਿਉਂਕਿ ਜਿਹਨੇ ਇੱਕ ਮਰਦ ਨੂੰ ਪੈਦਾ ਕੀਤਾ ਅਤੇ ਅਬਦੁਲੀ ਉਹ ਜ਼ਿਆਦਾ ਹੀ ਤਾਕਤਵਰ ਹੈ ਜੀ ਬਿਲਕੁਲ ਅਤੇ ਜੇ ਆਪਾਂ ਕਰੀਏ ਤੁਹਾਡੀ ਲਾਈਫ ਦੀ ਗੱਲਬਾਤ ਤਾਂ ਤੁਹਾਡੀ ਪੜ੍ਹਾਈ ਕਿੰਨੀ ਕੁ ਹੈ ਤੁਸੀਂ ਕਿੰਨੀ ਪੜ੍ਹਾਈ ਕੀਤੀ ਹੈ ਹਾਂਜੀ ਮੈਂ +2 ਕੀਤੀ ਹੈ ਸੈਕਿੰਡਲੀ ਉਸ ਤੋਂ ਬਾਅਦ ਮੈਂ ਮਿਊਜ਼ਿਕ ਰੱਖਿਆ ਜੀ ਅਤੇ ਫਿਰ ਗੇਮ ਜੀ ਮਿਊਜ਼ਿਕ ਤੁਸੀਂ ਸਿੱਖਦੇ ਹੋ ਹਾਂਜੀ ਬਿਲਕੁਲ ਸਿੱਖਦੀ ਹਾਂ ਜੀ ਤੁਸੀਂ ਸਿੱਖ ਰਹੇ ਹੋ ਮਿਊਜ਼ਿਕ ਮੈਨੂੰ ਹੋ ਚੱਲਿਆ 10 ਸਾਲ ਹੋ ਚੱਲਿਆ ਨਾਲ ਮੈਂ ਮੇਰੇ ਸੌਂਗ ਵੀ ਆਏ ਹੈਗੇ ਆ ਹਾਂਜੀ ਸਟਾਰਟਿੰਗ ਮੈਂ ਕੀਤੀ ਸੀ ਡਿੰਪਲ ਸ਼ਾਹ ਜੀ ਤੋਂ
ਤੇ ਥੋੜਾ ਟਾਈਮ ਉਹਨਾਂ ਕੋਲੇ ਫਿਰ ਉਹ ਬਿਜ਼ੀ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗੁਰੂ ਜੀ ਮੇਰੇ ਮਨਜਿੰਦਰ ਮਨੀ ਜੀ ਉਹਨਾਂ ਕੋਲ ਭੇਜ ਦਿੱਤਾ ਜਲੰਧਰ। ਉਹ ਵੀ ਬਿਜ਼ੀ ਹੋਣ ਕਿਉਂਕਿ ਉਹਨਾਂ ਸ਼ੋਅ ਵਗੈਰਾ ਕਰਦੇ। ਸੂਫੀਆਨਾ ਸਿੰਗਿੰਗ ਬਹੁਤ ਪਿਆਰੀ ਸਿੰਗਿੰਗ। ਸੂਫੀ ਸਿੰਗਿੰਗ ਕਰਦੇ ਹੋ ਤੁਸੀਂ? ਨਹੀਂ ਮੈਂ ਸੂਫੀ ਵੀ ਤੇ ਫੋਕ ਵੀ ਹਰ ਤਰ੍ਹਾਂ ਦੀ ਜੀ। ਜੇ ਅੱਜ ਸਾਡੇ ਆਡੀਅੰਸ ਨੂੰ ਕੁਝ ਸੁਣਾਉਣਾ ਹੋਵੇ ਤਾਂ ਕੀ ਸੁਣਾਓਗੇ ਫਿਰ? ਹਾਂਜੀ ਜੀ ਮੈਂ ਸੁਣਾਉਂਗੀ ਕੁਛ ਹਾਲਾਤ ਸੀ ਜੋ ਮਾੜੇ ਟਾਈਮ ਦੇ। ਹੋ ਕੀ ਕਿਨੇ ਦੁਨੀਆ ਦੇ ਮੰਜਰ ਉਹ ਖਾਲੀ ਹੱਥੀ ਗਿਆ ਸਿਕੰਦਰ। ਜੱਗ ਨੂੰ ਜਿੱਤਣ ਵਾਲਿਆਂ ਨੂੰ ਪਈ ਅੰਤ ਹਾਰਨੀ ਬਾਜੀ। ਉਹਦਿਆਂ ਰੰਗਾਂ ਨੂੰ ਓਯੋ ਜਾਣੇ ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਹੋ। ਤੇ ਇਸ ਤੋਂ ਇਲਾਵਾ ਸੁਣਨ 'ਚ ਆਇਆ ਕਿ ਤੁਸੀਂ ਆਪਦੀ ਲਾਈਫ ਦੇ ਵਿੱਚ ਕਾਫੀ ਸਟਰਗਲ ਦੇਖਦੇ ਆਏ ਹੋ ਸ਼ੁਰੂ ਤੋਂ, ਹੈ ਨਾ? ਅਤੇ ਉਸ ਬਾਰੇ ਸਾਡੇ ਆਡੀਅੰਸ ਨੂੰ ਵੀ ਦੱਸੋ ਕੁਛ ਕਿ ਕੁਛ ਤੁਹਾਨੂੰ ਸਟਰਗਲਸ ਅੱਜ ਕੱਲ੍ਹ ਫੇਸ ਕਰਨੀਆਂ ਪਈਆਂ। ਹਾਂਜੀ ਜੇ ਮੈਂ ਬਚਪਨ ਦੀ ਗੱਲ ਕਰਾਂ ਤਾਂ ਜਦੋਂ ਮੈਂ 7-8 ਸਾਲ ਦੀ ਸੀਗੀ ਤਾਂ ਮੇਰੇ ਫਾਦਰ ਸਾਹਿਬ ਮੈਂਟਲੀ ਅਪਸੈਟ ਹੋ ਗਏ। ਬਚਪਨ ਸਾਡਾ ਜਿਹੜਾ ਸਟਾਰਟਿੰਗ ਤੋਂ ਕਹਿ ਲਈਏ ਜਦੋਂ ਤੱਕ ਮੈਂ 8-7 ਸਾਲ ਦੀ ਸੀਗੀ ਉਦੋਂ ਤੱਕ ਬਹੁਤ ਵਧੀਆ ਸੀਗੇ। ਜਦੋਂ ਮੇਰੇ ਫਾਦਰ ਸਾਹਿਬ ਮੈਂਟਲੀ ਅਪਸੈਟ ਹੋ ਜਾਂਦੇ ਫਿਰ ਸਾਰਾ ਕੁਝ ਡਿਸਟਰਬ ਹੋ ਜਾਂਦਾ। ਫਾਦਰ ਸਾਹਿਬ ਨੂੰ ਕੀ ਪ੍ਰੋਬਲਮ ਹੋ ਗਈ ਸੀ? ਫਾਦਰ ਸਾਹਿਬ ਨਾਲ ਕੰਮ 'ਚ ਚੀਟ ਕੀਤਾ ਗਿਆ ਸੀਗਾ ਜੀ ਤੇ ਉਹਦੇ ਕਰਕੇ ਫਾਦਰ ਸਾਹਿਬ ਡਿਸਟਰਬ ਹੋ ਗਏ ਤਾਂ ਫਿਰ ਸਾਰੀ ਜੋ ਜ਼ਿੰਮੇਵਾਰੀ ਸੀ ਉਹ ਮੇਰੀ ਮਦਰ 'ਤੇ ਆ ਗਈ। ਮਦਰ 'ਤੇ ਜ਼ਿੰਮੇਵਾਰੀ ਆਉਂਦੀ ਹੈ ਤਾਂ ਮਦਰ ਪਾਥੀਆਂ ਪੱਤ ਕੇ ਵੇਚਦੇ ਆ, ਕਿਸੇ ਦੇ ਘਰ ਕੰਮ ਕਰਨ ਵੀ ਲੱਗ ਜਾਂਦੇ ਅਤੇ ਜਦੋਂ ਲੱਗਦੇ ਆ ਤਾਂ ਮੈਂ ਸਕੂਲ ਤੋਂ ਆਉਂਦੇ ਸ਼ਾਮ ਨੂੰ ਹੁੰਦੇ ਮੰਮਾ ਜਾਂਦੇ ਤਾਂ ਮੰਮਾ ਦੇ ਨਾਲ ਮੈਂ ਵੀ ਗਏ। ਮੈਂ ਮੰਮਾ ਮੈਂ ਵੀ ਨਾਲ ਚੱਲਦੇ ਅਤੇ ਕਿਸੇ ਦੇ ਘਰ ਕੱਪੜੇ ਮੰਮਾ ਧੋ ਰਹੇ ਸੀਗੇ ਅਤੇ ਉਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਲਈ ਆ ਰਹੇ ਸੀ ਕੱਪੜੇ। ਮੈਂ ਮੰਮਾ ਨੂੰ ਕਿਹਾ ਕਿ ਮੰਮਾ ਇਹ ਤਾਂ ਕੱਪੜੇ ਲਈ ਆ ਰਹੇ। ਮੰਮਾ ਕਹਿੰਦੇ ਕੋਈ ਨਾ ਪੁੱਤ। ਮੈਂ ਕਿਹਾ ਮੰਮਾ ਚੱਲੋ ਤੁਸੀਂ ਘਰੇ। ਕਹਿੰਦੇ ਆਪਾਂ ਰੋਟੀ ਕਿੱਥੋਂ ਖਾਣੀ ਹੈਗੀ? ਮੈਂ ਕਿਹਾ ਤੁਹਾਨੂੰ ਰੋਟੀ ਮਿਲੇਗੀ ਤੁਸੀਂ ਚੱਲੋ ਘਰੇ। ਜਿੱਦ ਕਰਕੇ ਲੈ ਆਈ, ਥੋੜ੍ਹੀ ਜਿੱਦੀ ਸੀਗੀ ਮੈਂ। ਜਦੋਂ ਮੰਮਾ ਨੂੰ ਘਰੇ ਲਿਆਈ ਬ੍ਰਦਰ ਦੇ ਨਾਲ ਗੱਲ ਕੀਤੀ, ਕਾਫੀ ਅਸੀਂ ਰੋਏ ਦੋਨੋਂ ਭੈਣ ਭਰਾ। ਮੈਂ ਕਿਹਾ ਵੀ ਮੰਮਾ ਨੇ ਇੱਦਾਂ ਵੀ ਸਾਡੇ ਪਾਪਾ ਨੇ ਤਾਂ ਘਰੋਂ ਕਦੀ ਵੀ ਜਿਹੜਾ ਕਹਿੰਦੇ ਨਾ ਪੈਰ ਨਹੀਂ ਸੀ ਘਰੋਂ ਬਾਹਰ ਕੱਢਣ ਨਹੀਂ ਸੀ ਦਿੱਤਾ। ਅਤੇ ਉਸ ਕਰਕੇ ਬ੍ਰਦਰ ਨਾਲ ਜਦੋਂ ਗੱਲ ਕੀਤੀ ਤਾਂ ਫਿਰ ਬ੍ਰਦਰ ਮੇਰੇ ਸਕੂਲ ਤੋਂ ਬਾਅਦ ਡਿੱਗ 'ਤੇ ਜਾਣ ਲੱਗੇ ਅਤੇ ਮੈਂ ਨਾਲ ਦਿਹਾੜੀਆਂ ਕਰਦੇ ਸੀ, ਗੋਡੀ ਗੋਡੀ ਆਲੂ ਪੱਟੇ। ਜਦ ਕਿ ਮਤਲਬ 7-8 ਸਾਲ ਦੀ ਉਮਰ ਤੁਸੀਂ? ਹਾਂਜੀ ਜੀ। ਇੱਕ ਹੁੰਦੀ ਨਾ ਜ਼ਿੰਮੇਵਾਰੀ ਹੁੰਦੀ, ਲੋਕ ਕਹਿੰਦੇ ਅੱਛਾ ਛੋਟੀ ਉਮਰ ਜਦੋਂ ਪਤਾ ਨਾ ਸਾਨੂੰ ਕਿਤੋਂ ਰੋਟੀ ਨਹੀਂ ਮਿਲਣੀ ਹੈਗੀ ਤਾਂ ਉਦੋਂ ਕੰਮ ਚਾਹੇ ਜਿੱਦਾਂ ਦਾ ਵੀ ਹੋਵੇ। ਅਤੇ ਮੈਨੂੰ ਲੱਗਦਾ ਮੈਨੂੰ ਅੱਜ ਫਰਕ ਨਹੀਂ ਮਹਿਸੂਸ। ਮੇਰੇ ਕੋਈ ਫਰੈਂਡ ਸਰਕਲ ਕਹਿੰਦੇ ਅੱਛਾ ਦੀਦੀ ਤੁਸੀਂ ਦਿਹਾੜੀਆਂ ਕਰਦੇ ਸੀ। ਮੈਂ ਕਿਹਾ ਕਿਉਂ ਨਹੀਂ ਕਰਦੀ ਸੀ? ਕਹਿੰਦੇ ਲੱਗਦਾ ਨਹੀਂ। ਮੈਂ ਕਿਹਾ ਕਿਉਂ ਨਹੀਂ ਲੱਗਦਾ ਦਿਹਾੜੀਆਂ ਨਹੀਂ ਸੀ ਕਰਦੀ? ਮੈਂ ਕਿਹਾ ਅਸੀਂ ਜੋ ਵੀ ਆਏ ਅਸੀਂ ਕਿਸੇ ਨੂੰ ਹੁਣ ਜਾ ਕੇ ਥੋੜ੍ਹੀ ਦੱਸਾਂਗੇ ਅਸੀਂ ਆਹ ਕੰਮ ਕੀਤਾ, ਪਰ ਅਸੀਂ ਭੁੱਲ ਨਹੀਂ ਸਕਦੇ। ਮੈਨੂੰ ਇਹਦੇ 'ਚ ਸ਼ਰਮ ਨਹੀਂ ਹੈਗੀ ਜਾਂ ਦੱਸਣ ਲੱਗੀ ਨਹੀਂ, ਮੈਨੂੰ ਸ਼ਰਮ ਆਉਂਦੀ। ਅਸੀਂ ਦਿਹਾੜੀਆਂ ਕੀਤੇ ਆ, ਆਲੂ ਪੱਟੇ, ਅਰਬੀ ਪੱਟੀ, ਝੋਨਾ ਲਾਇਆ ਇਵਨਿੰਗ ਕਿ ਉਹ ਕੰਮ ਕੀਤੇ ਜਿਹੜੇ ਕੋਈ ਸੋਚ ਵੀ ਨਹੀਂ ਸਕਦੇ ਕਿ ਸਿਟੀ ਦੇ ਵਿੱਚ ਰਹਿੰਦਿਆਂ ਹੋਇਆ। ਅਤੇ ਮੈਨੂੰ ਉਹਦੇ 'ਚ ਕੋਈ ਸ਼ਰਮ ਨਹੀਂ ਹੈਗੀ। ਅਤੇ ਕਹੀਆਂ ਤਾਂ ਇੱਥੇ ਤਾਂ ਕਰਕੇ ਮਿਹਨਤ ਦਾ ਕੰਮ ਹੀ ਹੈ। ਹਾਂ ਮਿਹਨਤ, ਮੈਨੂੰ ਨਹੀਂ ਲੱਗਦਾ ਕਿ ਮਿਹਨਤ ਦੇ ਵਿੱਚ ਸਾਨੂੰ ਕੋਈ ਸ਼ਰਮ ਜਾਂ ਇੱਦਾਂ ਦੇ ਕੁਛ ਰੱਖਣੀ ਚਾਹੀਦੀ ਜੀ। ਅਤੇ ਹੋਰ ਤੁਹਾਡੀ ਫੈਮਿਲੀ ਦੇ ਵਿੱਚ ਸਾਨੂੰ ਦੱਸੋ ਕੌਣ ਕੌਣ ਨੇ ਤੁਸੀਂ ਫੈਮਿਲੀ ਦੇ? ਕੌਣ ਕੌਣ, ਕਿੰਨੇ ਕਿੰਨੇ ਮੈਂਬਰਸ ਹੋ? ਮੈਂ ਅਸੀਂ 5 ਸਿਸਟਰ ਸੀ, ਇੱਕ ਬ੍ਰਦਰ। ਅਤੇ 2 ਸਿਸਟਰ ਦੀ ਮੇਰੀ ਡੈਥ ਹੋਈ ਹੈ, ਉਹਨਾਂ ਦਾ ਇਲਾਜ ਨਹੀਂ ਹੋ ਪਾਇਆ ਅਤੇ ਇਸ ਕਰਕੇ ਉਹਨਾਂ ਡੈਥ ਹੋਈ। ਮੇਰੇ ਜੀਜਾ ਜੀ ਦੀ ਵੀ ਹੋਈ, ਇੱਕ ਸਿਸਟਰ ਦੀ ਮੈਰਿਜ ਹੋਈ ਸੀਗੀ ਅਤੇ ਜੀਜਾ ਜੀ ਦੀ ਡੈਥ ਹੋਈ ਅਤੇ ਉਹਨਾਂ ਦੇ 2 ਬੱਚੇ ਸੀਗੇ, ਉਹਨਾਂ ਦੀ ਵੀ, ਦੀਦੀ ਦੀ ਵੀ। ਅਤੇ ਮੇਰੇ ਕਿਵੇਂ ਇਲਾਜ ਕਿਵੇਂ ਨਹੀਂ ਹੋ ਪਾਇਆ? ਘਰ ਦੇ ਹਾਲਾਤਾਂ ਕਰਕੇ? ਘਰ ਦੇ ਹਾਲਾਤਾਂ ਕਰਕੇ, ਕਿਉਂਕਿ ਜਦੋਂ ਫਾਦਰ ਸਾਹਿਬ ਮੈਂਟਲੀ ਅਪਸੈਟ ਹੋ ਜਾਂਦੇ ਤਾਂ ਦੇਖੋ ਨੋਰਮਲੀ ਗੱਲ ਹੈ, ਸਾਰੇ ਸਾਥ ਛੱਡ ਹੀ ਦਿੰਦੇ ਆ ਅਤੇ ਕਿਸੇ ਨੇ ਸਾਥ ਨਹੀਂ ਦਿੱਤਾ। ਔਰ ਹਾਲਾਤ ਇੱਦਾਂ ਦੇ ਸੀਗੇ ਕਿ ਮੈਂ ਮੇਰੇ ਤੋਂ 10 ਵੀ ਨਹੀਂ ਹੁਣ ਹੋ ਪਾ ਰਹੇ ਕਿ ਸਾਡੇ ਘਰ ਨਾ ਤਾਂ ਨਲਕਾ ਸੀ, ਨਾ ਇੱਕ ਹੁੰਦੇ ਨਾ ਬਾਥਰੂਮ ਫਲੱਸ਼ ਹੁੰਦੇ, ਉਹ ਵੀ ਹੈ ਨਹੀਂ ਸੀਗੇ। ਔਰ ਇੱਦਾਂ ਦੇ ਰਿਸ਼ਤੇਦਾਰ ਵੀ ਕਈ ਇੱਦਾਂ ਦੇ ਹੁੰਦੇ ਨੇ ਕਿ ਮਤਲਬ ਜੇ ਕੋਈ ਫਲੱਸ਼ ਕਿਸੇ ਦੇ ਘਰ ਚੱਲੇ ਨਹੀਂ ਤਾਂ ਕਹਿੰਦੇ ਕੁੜੀਆਂ ਨੇ, ਹੈ ਨਾ, ਧੀਆਂ, ਕਹਿੰਦੇ ਸਾਰਿਆਂ ਦੀ ਸਾਂਝੀਆਂ ਹੁੰਦੀਆਂ। ਸਿਰਫ ਜੇ ਮੈਂ ਦੇਖਿਆ ਜਾਵੇ ਨਾ ਸਿਰਫ ਇਹ ਗੱਲਾਂ ਕਹਿਣ ਦੀਆਂ ਨੇ ਕਿ ਧੀਆਂ ਸਾਰਿਆਂ ਦੇ ਸਾਂਝੀਆਂ ਹੁੰਦੀਆਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਨੀ ਜੇ ਤਾਂ ਕਿਸੇ ਨੂੰ ਧੀ ਦੇਵੇ ਨਾ ਉਹਨਾਂ ਦੇ ਪਹਿਲਾਂ ਨਾਲ ਕਰਮ ਦਿਓ, ਉਹਨਾਂ ਨੂੰ ਕਰਮ ਦਿਓ ਕਿ ਇਹਨਾਂ ਦਾ ਅੱਛਾ ਹੋਵੇ ਜਾਂ ਸੋਚ ਕੇ ਜਾਂ ਮਿਹਨਤ, ਨਹੀਂ ਤਾਂ ਪਰਮਾਤਮਾ ਧੀ ਨਾ ਦੇਵੇ ਕਿਸੇ ਨੂੰ, ਜਾਂ ਤਾਂ ਉਹਨਾਂ ਦੇ ਕਰਮ ਚੰਗੇ ਹੋਣ। ਕਿਉਂਕਿ ਲੋਕ ਜਦੋਂ ਮਾੜਾ ਸਮਾਂ ਹੁੰਦਾ ਨਾ ਕੁੜੀਆਂ ਨਾਲ ਉਹਦੇ ਘਰੇ ਵੀ ਨਹੀਂ, ਕਹਿੰਦੇ ਕਿ ਪਾਣੀ ਤੱਕਰ ਭਰ ਨਹੀਂ ਦਿੰਦੇ। ਸਾਡੇ ਨਜ਼ਦੀਕ ਮੰਡੀ ਹੈ, ਅਸੀਂ ਉੱਥੇ ਟੂਟੀ ਤੋਂ ਪਾਣੀ ਲੈ ਕੇ ਆਉਂਦੇ ਸੀਗੇ। ਇੱਦਾਂ ਦੇ ਹਾਲਾਤ ਸੀਗੇ। ਤੁਸੀਂ ਕਾਫੀ ਇੱਕ ਸਟਰੋਂਗ ਵੂਮੈਨ ਹੋ, ਕਾਫੀ ਮਤਲਬ ਕਿ ਇਹਦੇ ਹਾਲਾਤਾਂ ਨਾਲ ਲੜਦੇ ਹੋਏ ਅੱਗੇ ਵੱਧ ਰਹੇ ਹੋ ਅਤੇ ਇੰਨੀ ਮਿਹਨਤ ਕਰਦੇ ਤੁਸੀਂ ਆ ਰਹੇ ਹੋ, ਹਜੇ ਵੀ ਤੁਹਾਡੀ ਮਿਹਨਤ ਜਾ ਰਹੀ ਹੈ, ਸਟਰਗਲ ਜਾ ਰਹੀ ਹੈ, ਤਾਂ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਕਿ ਮਤਲਬ ਇੱਕ ਬੰਦੇ ਦਾ ਏਮ ਹੁੰਦਾ ਨਾ ਕਿ ਮੈਂ ਯਾਰ ਆਪਦੀ ਲਾਈਫ 'ਚ ਇੱਥੇ ਪਹੁੰਚਣਾ,
ਕੀ ਸੋਚਿਆ ਤੁਸੀਂ ਉਹਦੇ ਬਾਰੇ? ਹਾਂਜੀ, ਮੈਂ ਕਿਤੇ ਕਹਿੰਦੇ ਨਾ, ਮੈਂ ਗੱਲ 'ਚ ਨਹੀਂ ਉਹ ਕਰਨਾ ਨਹੀਂ ਚਾਹੁੰਦੀ, ਮੈਂ ਆਹ ਕਰੂੰਗੀ, ਮੈਂ ਉਹ ਕਰੂੰਗੀ। ਮੈਨੂੰ ਲੱਗਦਾ ਕਿ ਜੋ ਮੇਰੀ ਮਿਹਨਤ ਹੈ ਅਤੇ ਪਰਮਾਤਮਾ ਮੈਨੂੰ ਉਹਦੇ ਤੋਂ ਵੀ ਜ਼ਿਆਦਾ ਦੇਗਾ, ਕਿਉਂਕਿ ਮਿਹਨਤ ਨਾਲ ਕਹਿੰਦੇ ਨਾ ਤੁਹਾਡੀ ਕਿਸਮਤ 'ਚ ਆਹ ਨਹੀਂ ਲਿਖਿਆ। ਮੈਂ ਇਸ ਚੀਜ਼ 'ਚ ਬਿਲੀਵ ਨਹੀਂ ਕਰਦੀ ਹੈਗੀ, ਮੈਂ ਕਹਿੰਦੀ ਮਿਹਨਤ ਹੀ ਸਭ ਕੁਛ ਹੈ, ਮੇਰੇ ਲਈ ਮਿਹਨਤ ਹੀ ਹੈ, ਅਤੇ ਮੈਂ ਉਹ ਵੀ ਕਰਾਂਗੀ ਜੋ ਮੇਰੀ ਕਿਸਮਤ 'ਚ ਨਹੀਂ ਵੀ ਲਿਖਿਆ, ਔਰ ਮੈਂ ਬੈਸਟ ਕਰਾਂਗੀ ਜਿਹਦੇ 'ਚ ਮੇਰੇ ਮਾਂ ਪਿਓ ਨੂੰ ਮੇਰੇ 'ਤੇ ਪ੍ਰਾਊਡ ਫੀਲ ਹੋਵੇ, ਔਰ ਮੈਂ ਜੋ ਮੇਰਾ ਟਾਰਗੇਟ ਵੀ ਹੈਗਾ ਕਿ ਮੈਂ ਆਪਣੇ ਮਾਂ ਪਿਓ ਦਾ ਨਾਮ ਇੰਨਾ ਰੋਸ਼ਨ ਕਰਨਾ। ਜੇ ਕਹਿੰਦੇ ਨੇ ਇਹਨਾਂ ਦੀ 5 ਧੀਆਂ, ਇਹ ਕੁਛ ਕਰ ਨਹੀਂ ਸਕਦੇ, ਜਾਂ ਇਹਨਾਂ ਦਾ ਵਿਆਹ ਕਰ ਦਿਓ। ਦੋ ਮੇਰੀ ਸਿਸਟਰ ਦੀ ਮੈਰਿਜ ਵੀ ਹੋਈ ਹੈ, ਹਾਂਜੀ, ਅਤੇ ਮੈਂ ਇਸ ਕਰਕੇ ਨਹੀਂ ਕਰਾਇਆ। ਔਰ ਮੈਰਿਜ ਦਾ ਮੇਰੇ ਕਹਿ ਲਓ ਕਿ ਲੱਗਾ ਸੀ, ਆਪਦੀ ਮੈਰਿਜ ਬਾਰੇ ਕੀ ਸੋਚਦੇ ਹੋ? ਉਹ ਮੇਰੇ ਦਿਲ ਦਿਮਾਗ 'ਚ ਹੀ ਨਹੀਂ ਹੈਗਾ ਮੈਰਿਜ ਬਾਰੇ, ਕਿਉਂਕਿ ਮੈਨੂੰ ਗੱਲਾਂ ਇੱਦਾਂ ਦੀਆਂ ਕੀਤੀਆਂ ਗਈਆਂ ਸੀਗੀਆਂ, ਇਹ ਮੁੰਡਾ ਹੈਗੀ ਹੈ, ਇਹਨੂੰ ਤੁਰਨਾ ਨਹੀਂ ਆਉਂਦਾ, ਇਹਨੂੰ ਲਾਉਣਾ ਪਾਉਣਾ ਨਹੀਂ ਆਉਂਦਾ। ਮੈਨੂੰ ਸਪੈਸ਼ਲੀ ਕਰੀਮਾਂ ਵੀ ਦਿੱਤੀਆਂ ਗਈਆਂ ਸੀ ਗੋਰੇ ਹੋਣ ਵਾਸਤੇ, ਕਿ ਗੋਰੇ ਐਲੋਵੀਰਾ ਲਾਓ, ਇੱਦਾਂ ਗੋਰੇ ਹੋ ਜਾਓ। ਦੇਖੋ, ਮੇਰਾ ਜੋ ਟਾਰਗੇਟ ਹੈ, ਮੇਰਾ ਮਕਸਦ ਹੈ ਕਿ ਮੈਂ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰਾਂ, ਨਾ ਕਿ ਮੈਂ ਗੋਰੇ ਹੋਣਾ। ਬਾਕੀ ਇੰਨਾ ਕੋਈ ਹੈ ਨਹੀਂ ਗਾ, ਮਤਲਬ ਹੈ ਨਾ, ਮੈਂ ਆਪਦੇ ਆਪ ਨੂੰ ਲੱਕੀ ਸਮਝਦੀ ਕਿ ਉਹ ਵੀ ਲੱਕੀ ਹੋਊਗਾ ਜਿਹਦੇ ਨਾਲ ਮੈਂ ਜਾਊਂਗੀ। ਦੇਖੋ ਜੀ, ਅੱਜ ਕੱਲ੍ਹ ਲੋਕਾਂ ਦੇ ਹੁੰਦੇ ਕਿ ਕੁੜੀ ਹੋਣੀ ਚਾਹੀਦੀ ਪਤਲੀ, ਉਹਦੀ ਫਿਗਰ ਐ ਮੇਨਟੇਨ ਆ, ਗੋਰੀ ਚਿੱਟੀ, ਹੈ ਨਾ। ਅਤੇ ਬਟ ਜੋ ਮੈਨੂੰ ਲੱਗਦਾ, ਰੰਗ ਮੈਟਰ ਨਹੀਂ ਕਰਦਾ, ਮੈਟਰ ਕਰਦਾ ਮੈਨੂੰ ਉਹ ਪਰਸਨ ਚਾਹੀਦਾ ਜਿਹੜੇ ਮੈਂ ਲੱਖਾਂ 'ਚ ਵੀ ਖੜੀ ਹੋਵਾਂ ਮੇਰੀ ਇੱਜ਼ਤ ਕਰੇ। ਮੇਰੇ ਮਾਂ ਪਿਓ ਤੋਂ ਵੱਧ ਕੇ ਮੈਨੂੰ ਕੋਈ ਪਿਆਰ ਨਹੀਂ ਕਰ ਸਕਦਾ। ਹਾਂ, ਔਰ ਬੰਦੇ 'ਚ ਜੇ ਮੈਂ ਕਹਿੰਦੀ ਨਾ, ਜੇ ਕੋਈ ਮੇਰਾ ਬੰਦਾ ਹੈ, ਲਾਈਫ ਪਾਰਟਨਰ, ਮੈਨੂੰ ਸਿਰਫ ਉਹਦੇ ਚਾਹੀਦੀ ਇੱਜ਼ਤ, ਰਿਸਪੈਕਟ। ਇਹ ਨਹੀਂ ਚਾਹੀਦਾ ਕੋਈ 100 ਜਣੇ 'ਚ ਖੜੀ ਹੋਵਾਂ ਮੈਨੂੰ ਉਹ ਕਰਕੇ ਬੁਲਾਵੇ, ਜਾਂ ਮੈਂ ਉਹਨੂੰ ਉਹ ਕਰਕੇ ਬੁਲਾਵਾਂ, ਹੈ ਨਾ। ਜਿਹੜਾ ਬੰਦਾ ਤਾਂ ਬੰਦਾ ਉਹੀ ਹੈ ਜਿਹੜਾ ਆਪਣੀ ਘਰਵਾਲੀ ਨੂੰ ਰਾਣੀ ਬਣਾ ਕੇ ਰੱਖੇ ਅਤੇ ਉਹ ਰਾਜਾ ਹੈ। ਜਿਹੜਾ ਖੁਦ ਉਹਨੂੰ ਪੈਰਾਂ ਦੀ ਜੁੱਤੀ ਬਣਾ ਕੇ ਰੱਖੂਗਾ, ਗੁਲਾਮ ਬਣਾ ਕੇ ਰੱਖੂਗਾ, ਉਹ ਵੀ ਤਾਂ ਗੁਲਾਮ ਹੀ ਹੋਇਆ ਨਾ। ਸੋ ਮੈਨੂੰ ਇੱਜ਼ਤ ਵਾਲਾ ਚਾਹੀਦਾ, ਅਤੇ ਬਟ ਇਸ ਲਈ ਵੈਸੇ ਮੇਰਾ ਮੈਰਿਜ ਦਾ ਹਾਲੇ ਕੋਈ ਖਿਆਲ ਨਹੀਂ ਜੀ। ਹਾਂਜੀ, ਤੁਸੀਂ ਆਪਦੇ ਕੈਰੀਅਰ 'ਤੇ ਫੋਕਸਡ ਹੋ ਜੀ, ਪੂਰਾ। ਤੁਹਾਡਾ ਫਿਰ ਜਦੋਂ ਹੁਣ ਤੁਸੀਂ CWG ਖੇਡਦੇ ਹੋ, ਉਹਦੇ ਵਿੱਚ ਕਰਦੇ ਹੋ ਤੁਸੀਂ, ਮਤਲਬ ਰੈਸਲਿੰਗ ਦਾ, ਹੈ ਨਾ, ਪ੍ਰੈਕਟਿਸ ਕਰਦੇ ਹੋ, ਤੁਹਾਡੀ ਫਿਰ ਖਾਲੀ ਜੋ ਸਰ ਨੇ ਤੁਹਾਡੇ ਨਾਲ ਮੁਲਾਕਾਤ ਕਿਵੇਂ ਹੋਈ? ਮੈਂ ਮੇਰੇ ਚਰਚੇ ਸੌਂਗ ਆਇਆ ਸੀਗਾ, ਮੈਂ ਪ੍ਰਮੋਟ ਕਰਨ ਵਾਸਤੇ ਆਈ ਸੀਗੀ, ਅਤੇ ਜਦੋਂ ਅਸੀਂ ਪ੍ਰਮੋਟ ਕਰਨ ਵਾਸਤੇ ਆਏ ਤਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ, ਮੈਂ ਕਬੱਡੀ ਦੀ ਪਲੇਅਰ, ਫਿਰ ਤਾਈਕਵਾਂਡੋ, ਔਰ ਸੈਕਿੰਡਲੀ ਜਦੋਂ ਅਸੀਂ ਸੌਂਗ ਪ੍ਰਮੋਟ ਕਰਨ ਆਏ ਤਾਂ ਉਹ ਜਿਹੜਾ ਪਲੇਅਰ ਹੁੰਦਾ ਨਾ, ਉਹਦਾ ਕੀੜਾ ਜਾਗ ਪੈਂਦਾ, ਅਤੇ ਉਹ ਮੇਰਾ ਕੀੜਾ ਜਾਗ ਪਿਆ। ਅਤੇ ਫਿਰ ਉਸ ਤੋਂ ਬਾਅਦ ਮੈਂ ਸਰ ਨਾਲ ਗੱਲ ਕੀਤੀ ਅਤੇ ਫਿਰ ਐਡਮਿਸ਼ਨ ਲਿੱਤੀ, ਤਾਂ ਹੁਣ ਗੇਮ ਕਰ ਰਹੀ ਹਾਂ ਜੀ। ਮਤਲਬ ਤੁਸੀਂ ਪ੍ਰੈਜੈਂਟਲੀ ਉੱਥੇ ਗੇਮ ਕਰ ਰਹੇ ਹੋਗੇ? ਹਾਂਜੀ ਜੀ। ਤੇ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿ ਸਪੋਰਟਸਮੈਨ ਤਾਂ ਬਹੁਤ ਨੇ, ਬਟ ਕਿਤੇ ਨਾ ਕਿਤੇ ਸਕੋਪ ਦੀ ਕਮੀ ਹੋਣ ਕਰਕੇ ਜਿਹੜੇ ਸਪੋਰਟਸਮੈਨ ਆ ਉਹ ਆਪਦੇ ਟਰੈਕ ਤੋਂ ਹਟਦੇ ਜਾ ਰਹੇ ਆ, ਮਿਹਨਤਾਂ ਤੋਂ ਹਟਦੇ ਜਾ ਰਹੇ ਆ, ਗਰਾਊਂਡ ਖਾਲੀ ਹੁੰਦੇ ਜਾ ਰਹੇ ਆ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ ਜੀ, ਸਹੀ ਦੱਸਾਂ ਤਾਂ ਫਾਈਨੈਂਸ਼ਲੀ ਜਿਹੜੀ ਹੈਗੀ ਹੈ, ਫਾਈਨੈਂਸ਼ਲੀ ਸਪੋਰਟ ਨਹੀਂ ਹੁੰਦੀ। ਹੁਣ ਜੇ ਮੈਂ ਗੱਲ ਕਰਾਂ ਤਾਂ ਮੇਰੇ ਬ੍ਰਦਰ ਹੀ ਹੈ, ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਨੂੰ 8 ਮੰਥ ਹੋ ਗਿਆ, ਅਤੇ ਮੇਰੇ ਬ੍ਰਦਰ ਅਕਾਊਂਟ ਦਾ ਕਰਦੇ, ਹੈ ਨਾ। ਮੇਰਾ ਖਰਚਾ ਮੈਂ ਕਹਿੰਦੀ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਲੰਬੀਆਂ ਲੰਬੀਆਂ ਉਮਰਾਂ ਦੇਵੇ, ਕਿ ਮੇਰਾ ਪੀਜੀ ਦਾ ਖਰਚਾ ਜਾਂ ਗੇਮ ਦਾ ਖਰਚਾ ਸਾਰੇ ਮੇਰੇ ਬ੍ਰਦਰ ਕਰ ਰਹੇ। ਬ੍ਰਦਰ ਮਤਲਬ ਚੱਕ ਰਹੇ ਹੈਗੇ ਜੀ? ਬਿਲਕੁਲ ਜੀ, ਬਿਲਕੁਲ। ਮਤਲਬ ਜਿਹੜੀ ਜੋ ਸਪੋਰਟਸ ਐਸੋਸੀਏਸ਼ਨ ਹੁੰਦੀ ਉਹਦੇ ਵੱਲੋਂ ਤੁਹਾਨੂੰ ਕੋਈ ਨਹੀਂ ਮਿਲ ਰਿਹਾ? ਨਹੀਂ, ਫਿਲਹਾਲ ਤਾਂ ਹਲੇ ਸਾਡੀ ਤਿਆਰੀ ਹੈ, ਬਾਕੀ ਅੱਗੇ ਦੇਖਦੇ ਹਾਂ ਜੀ। ਮੇਰਾ ਮਤਲਬ ਮਕਸਦ ਹੈ ਇਹੀ ਪੁੱਛਣ ਦਾ ਸੀਗਾ ਕਿ ਮਿਹਨਤ ਤਾਂ ਸਾਰੇ ਕਰਦੇ ਹੈਗੇ, ਹੈ ਨਾ, ਸਪੋਰਟਸ ਪਰਸਨ ਜਿੰਨਾ ਵੀ ਹੁੰਦਾ ਉਹ ਆਪਦੀ ਮਿਹਨਤ ਨਾਲ ਪੂਰਾ ਆਪਦੀ ਜੀ ਜਾਨ ਲਾ ਕੇ ਖੇਡਦਾ। ਸਪੋਰਟਸ ਮੈਨੂੰ ਇੰਜਰੀਜ਼ ਵੀ ਬਹੁਤ ਹੁੰਦੇ ਆ ਕਿ ਪਰ ਬਟ ਉਹ ਫਿਰ ਵੀ ਆਪਦੀ ਗੇਮ ਕਰਨੀ ਇੰਨਾ ਕੋਨਸਨਟ੍ਰੇਟ ਹੁੰਦਾ ਕਿ ਉਹਨਾਂ ਨੂੰ ਹੁੰਦਾ ਨਹੀਂ ਯਾਰ ਮੈਂ ਆਪਦਾ ਪਾਰ ਹੀ ਲਾਉਣਾ ਕੰਮ, ਤਾਂ ਫਿਰ ਵੀ ਮਤਲਬ ਸਰਕਾਰਾਂ ਵੱਲੋਂ ਸਹਾਇਤਾ ਨਹੀਂ ਮਿਲਦੀ ਇਸ ਦਾ, ਇਸ ਕਰਨੀ ਬਹੁਤ ਲੈਕ ਕਰਦੇ ਹੈਗੇ। ਹਾਂਜੀ, ਸਰਕਾਰਾਂ ਵੱਲੋਂ ਤਾਂ ਹਾਲੇ ਤੱਕ ਤਾਂ ਕੋਈ ਨਹੀਂ ਸਹਾਇਤਾ ਮਿਲੀ, ਗਾਂਹ ਦੇਖਦੇ ਹਾਂ ਕਿਆ ਹੁੰਦਾ। ਜੇ ਆਪਾਂ ਦੇਖੀਏ ਇਸ ਟਾਈਮ ਕਿ ਆਪਣਾ ਪੰਜਾਬ ਪਿਛੜਦਾ ਜਾ ਰਿਹਾ ਹੈਗਾ, ਇਸ ਕਦੇ ਪੰਜਾਬ ਦੇ ਕਹਿੰਦੇ ਹੁੰਦੇ ਸੀਗੇ ਜਿਹੜੇ ਮਰਦ ਜਾਂ ਔਰਤਾਂ ਨੇ ਗੇਮਸ ਦੇ ਵਿੱਚ ਬਹੁਤ ਅੱਗੇ ਸੀਗੇ, ਨਾਮ ਕਮਾਇਆ ਉਹਨਾਂ ਨੇ ਉੱਚਾ, ਜੇ ਅੱਜ ਦੇਖੀਏ ਤਾਂ ਹਰਿਆਣਾ ਆਪਣੇ ਤੋਂ ਅੱਗੇ ਨਿਕਲ ਚੁੱਕਿਆ। ਹਾਂਜੀ ਬਿਲਕੁਲ ਜੀ, ਹੁਣ ਦੇਖੋ ਜੀ ਮੇਰੇ ਸੱਟ ਲੱਗੀ ਸੀਗੀ ਤਾਂ ਹਾਲਾਤਾਂ ਦੇ, ਜੇ ਕੋਈ ਫਾਈਨੈਂਸ਼ਲੀ ਅਸੀਂ ਮਰਦੇ ਹਾਂ, ਹੈ ਨਾ, ਜਿਹੜਾ ਤਾਂ ਜਾਂ ਕੋਈ ਬੱਚਾ ਇੱਦਾਂ ਹੁੰਦਾ ਹੈ, ਘਰ ਦੀ ਸਥਿਤੀਆਂ ਇੱਦਾਂ ਦੀਆਂ ਹੁੰਦੀਆਂ ਕਿ ਫਿਰ ਨਹੀਂ। ਜਦੋਂ ਮੇਰੇ ਤਾਈਕਵਾਂਡੇ 'ਚ ਸੱਟ ਲੱਗੀ ਤਾਂ ਮੇਰੀ ਮਦਰ ਨੇ ਇੰਨੀ ਗੱਲ ਕਹੀ ਕਿ ਨਹੀਂ ਅਸੀਂ ਗੇਮ ਨਹੀਂ ਕਰਾਉਣੀ। ਹਾਂ, ਵੀ ਅਸੀਂ ਕਿੱਧਰ ਇਲਾਜ ਕਿੱਥੋਂ ਕਰਾਵਾਂਗੇ, ਕਿਉਂਕਿ ਫਾਦਰ ਸਾਹਿਬ ਮੈਂਟਲੀ ਡਿਸਟਰਬ ਸੀਗੇ। ਫਿਰ ਉਸ ਤੋਂ ਬਾਅਦ ਜੇ ਮੈਂ ਇੱਥੇ ਵੀ ਤਾਂ ਮੇਰੇ ਸੱਟ ਵੀ ਲੱਗੀਆਂ, ਕਾਫੀ ਲੱਗੀਆਂ, ਪਰ ਮੈਂ ਘਰੇ ਦੱਸਦੀ ਨਹੀਂ ਮੇਰੇ ਮਦਰ ਨੂੰ, ਬ੍ਰਦਰ ਨੂੰ ਪਤਾ ਹੁੰਦਾ ਸਾਰੀ ਗੱਲ, ਤਾਂ ਨਹੀਂ ਦੱਸਦੀ ਕਿਉਂਕਿ ਮੰਮਾ ਨੇ ਗੱਲ ਉਹੀ ਆ ਜਾਣੀ। ਬਟ ਮੇਰਾ ਇੱਕ ਜਨੂੰਨ ਹੈ ਕਿ ਮੈਂ ਗੇਮ 'ਚ ਹੀ ਅੱਗੇ ਜਾਣਾ ਹੈਗਾ। ਸਿੰਗਿੰਗ ਤਾਂ ਚਲੋ ਹੈਗੀ ਕਿਉਂਕਿ ਸਾਨੂੰ ਪੈਸੇ ਦੀ ਵੀ ਜ਼ਰੂਰਤ ਹੈ, ਹੈ ਨਾ, ਡਾਇਟ ਵੀ ਖਾਣੀ ਹੈਗੀ ਆ, ਹਰ ਚੀਜ਼ ਦਾ ਮਤਲਬ ਕਿ ਧਿਆਨ ਆਪਣਾ ਰੱਖਣਾ ਪੈਂਦਾ, ਤਾਂ ਫਿਰ ਜ਼ਰੂਰੀ, ਬਾਕੀ ਫਾਈਨੈਂਸ਼ਲੀ ਮਰਦੇ ਆ
जे गेम तो पिछे हट दे तो फाइनैंशली है, नहीं तो पंजाब मैनू नहीं लगता किसी नाल घट है जी। बस यही गल थोड़ा लैक कर रहा पंजाब कि सरकारां दा इन्ना ध्यान नहीं है गेमां वाली, तो स्पोर्ट्समैन जिहड़े हैगे उह जां तां उह विदेशां जा रहे हैं दिहाड़ियां कर रहे हैं उत्थे जाके, जिवें अजकल जनता हुई पई हैगी। तो इस तों इलावा तुसीं की सोचा हुण कि अगे की देखदे हो फ्यूचर? हाँ फ्यूचर च मेरा जल्दी मैच भी हो रहा है, तो और सैकेंडली जो मैं कह मेरे बॉलीवुड सोंग आ रहे हैं, एक तो आ रहे मेरे गुरु जी का मनजिंदर मनी जी के नाल, दो फेमस सिंगर है बॉलीवुड के जिन्हों के नाल मेरे आ रहे हैं, बाकी वह भी जल्दी आ रहे। सैकेंडली मैं बाबा फरीद तो 17 के विनर रही सी, एक खास गल मेरे सिस्टर भी है काजल टवाल मेरे नाल ही आए ने, रियल सिस्टर ने कजन सिस्टर है मेरे, मासी जी के बेटे है जी, तो असी विनर रहे सी। उस टाइम साढ़े घर नलका नहीं सी, मैं बाबा फरीद जी के अज नगरी तो उन्होंने आए, तो मैं तय दिल तो कह रहा कि उस परमात्मा का और जेडे सी जगजीत सिंह चहल जी, सर जसबीर जस्सी जी, डीसी साहब राजीव प्राशर जी, तय दिल तो उन्हों का धन्यवाद कर दी जिन्होंने सानू एक 50,000 साढ़े घर उदो नलका लगा से जाके 17 के। और सैकेंडली गल होर, कई लोग कमेंट करते हैं ना या भी भुखे किदा रह लेंगे या कि हिला, 20 साढ़े सिर तो छत है नहीं सी, घर पूरा खड़ा किया और छत ली पैसे है नहीं, 8 महीने असी बिना छत तो रहे हैं, और मेरे फादर साहब भी इन्ने उस टाइम बीमार सीगे, अज चल सिर तो छत हैगी कहते ना, पर वो चीज़ दे बड़ी तकलीफ होंदी है, मेरे तो ना बोल नहीं हो रहा सॉरी, लोगों की गल्ला करने तो मैं बड़ी हैरानगी होंगी, कोई पिछे देखता नहीं उन्होंने मेहनत क्या है कि वह कि अगे आ रहे। उस टाइम मेरे फादर साहब भी एक तड़फना लगी सी, मैं फरीदकोट पीजी च रह रही सी और जिन्ना लोगों के नाल मैं खड़ी, गाने भी किते है ना, खुद पैसा भी लाया मैं अपनी मैरिज का भी है ना, साढ़े सिर तो उस टाइम छत है नहीं सी है ना, वो लोग फादर साहब ने मेरे डैथ ते नहीं आए, वो लोग आए जिन्हें तो नहीं सी मेरे तो छोटे, मेरे फादर साहब भी डैथ ते नहीं आए, तो मैनू बड़ा अफसोस होंदा कि आप है ना किदा दे फ्रेंड सर्कल चुन लैने है किदा दे लोगों का ही ट्रस्ट कर लैने, बड़ी तकलीफ होंदी है। तो गल्ला करन वाले ने मैं ये गल चल जवाब तो नहीं, जवाब तो कह लो कि समा दिती जा रहा उन्होंने, तो बाकी वाहेगुरु वधिया कर रहा जो कर रहा। तुसी काफ़ी इमोशनल भी स्ट्रोंग हो, वो भी तुसी हट्टे कट्टे हैगे हो है ना, मुंडिया ढा ढू लेंदे हो गए, तो साढ़े नाल गलबात करन वास्ते बहुत बहुत धन्यवाद हौली हौली बाबा नाल जुड़न वास्ते। तो दोस्तों ये साहिब कौर सीगे जिन्हें आप थोड़ा मिलवाया, तो काफ़ी संघर्ष भरी इन्होंने जिंदगी देखी है, तो हजे भी इन्हों का संघर्ष जारी है, तो असं भी उम्मीद करते हैं कि काफ़ी अच्छा फ्यूचर होगा इन्हों का।